बिस्मिल्लाह रहमान रहीम। सब बहन भाइयों को मेरी तरफ़ से अस्सलाम वालेकुम। मैं उम्मीद करता हूँ कि अल्लाह ताला के फ़ज़ल व करम से सब बहन भाई ठीक ठाक होंगे। हमेशा की तरह बहन भाइयों से रिक्वेस्ट है कि जिन बहन भाइयों ने अभी तक मेरी वाइफ़ के चैनल को सब्सक्राइब नहीं किया वो सब्सक्राइब कर लें और बेल के बटन को लाजमी प्रेस करें ताकि जो भी हम नई क्रीम वगैरह लगाएँ, लोशन लगाएँ, सब उसका नोटिफिकेशन सब बहन भाइयों को। हाँ तो ठीक है ना, जो भी लोशन लगाएं। आज मैं लोशन काट ही लिया सब यार, तो वो ही नजर आया। मैं तो बर्तन धोंदी गड्डी है तो बैग बाल दो ते सारी ला रहा तुसी। तो मैं की तुसी कह भी ये पता नहीं तो पाल रहे नहीं तो मैं भी तो यही कह रहा ना कि जो भी हिस्सी लोशन लाइए, क्रीम श्रीम लाइए, वो सारे भैन भरावान जरा वो शेयर करा तो ये नाल ही असं अज की वीडियो शुरू करते हैं। अज की वीडियो साड़ी कुछ इस तरह की है कि अज छोटे बच्चों स्कूल तो छुट्टी सी, तो बच्चे जोड़े ने छुट्टी हो मैं घर आए आवा तो फिर बच्चे घर नहीं बैठ सकते। साडा किधर इरादा ना भी हो जाते बच्चे जड़े ने उस शाम के पिछे लगे पे ने पापा सानू सुबह छुट्टी है तो हूँ बच्चों घुमा फिराने वास्ते किधर लैके जाने बच्चे तो माड़ी जी चीज खाते चलो फिर आज चलिए अच्छा जी कबीर बेटा सानू पता सी मैम ने ले आनी नहीं जी असि गए सी ਕਿ ਕੋਈ ਭੈਣ ਭਰਾ ਨਹੀਂ ਕਿਸੇ ਵਾਸਤੇ ਚਲ ਕਿਸੇ ਦੀ ਤਾਂ ਕਬੂਲ ਹੋਵੇ ਦੀ ਨਾ ਮਾਵਾਂ ਨੇ ਉਹ ਵੀ ਦੁਆਵਾਂ ਕਰਦੀਆਂ ਨੇ
ਮਾਮਾ ਭੈਣਾ ਮਾਸ਼ਾ ਅੱਲਾ ਅੱਲਾ ਕਬੂਲ ਕਰੇ ਅੱਲਾ ਕਬੂਲ ਕਰੇ ਚੂੜੀਆਂ ਵੱਲੋਂ ਮੈਂ ਵੀ ਨਿੱਕੀ ਹੁੰਦੀ ਓਨੇ ਵਾਲ ਨੀ ਸੀ ਹੁੰਦੇ ਜਿੰਨੀਆਂ ਮੈਂ ਪੋਨੀਆਂ ਪਾਉਂਦੀ ਹੁੰਦੀ ਸੀ ਤੁਹਾਨੂੰ ਵੀ ਸਾਨੂੰ ਸਾਰੇ ਸਾਡੇ ਤਰ੍ਹਾਂ ਬੁਖਾਰ ਹੋਇਆ ਵਾ ਨਿਮਕੋ ਵੀ ਲੈ ਲਓ ਬੇਟਾ ਨਾਲ ਫਿਰ ਮੈਂ ਚਾਹ ਬਣਾਉਂਦੀ ਹਾਂ ਤੁਹਾਨੂੰ ਠੰਡੀ ਕਰਕੇ ਉਹ ਵੀ ਦਿੰਦੇ ਹਾਂ ਬੰਦ ਕਰ ਦਿੱਤਾ ਸੀ ਚਲੋ ਬੰਦ ਕਰ ਦਿਓ ਕਮਰਾ ਠੰਡਾ ਹੀ ਆ ਕਮਰਾ ਠੰਡਾ ਹੀ ਆ ਬੰਦ ਕਰ ਦਿਓ ਜਿੱਦਾਂ ਗਰਮ ਹੋ ਗਿਆ ਮੌਸਮ ਸੇਮ ਭਾਈ ਮੈਂ ਪਤਾ ਦਵਾਈ ਖਾਂਦੀ ਹਾਂ ਨਾ ਐ ਮੇਰੇ ਹੱਥ ਪਕੜ ਕੇ ਦੇਖੋ ਮੈਂ ਹੁਣ ਨਹਾ ਕੇ ਹਟੀ ਹਾਂ ਨਾ ਐ ਦੇਖੋ ਮੇਰੇ ਹੱਥ ਪਕੜ ਕੇ ਸੇਕ ਨਿਕਲਦਾ ਜਿਵੇਂ ਲੰਬਾ ਨਿਕਲਦੀ ਆ ਫਿਰ ਮੈਨੂੰ ਇਹ ਨਾ ਸਹੀ ਲੱਗਦਾ ਵਾ ਦਵਾਈ ਦੀ ਹੀਟ ਆ ਨਾ ਅੱਗੇ ਮੈਂ ਨਾਲ ਦੁੱਧ ਪੀ ਲੈਂਦੀ ਸੀ ਜਾਂ ਕੱਚੀ ਲੱਸੀ ਕਿਤੇ ਪੀ ਲੈਣੀ ਅਤੇ ਹੁਣ ਗੁਰਦਿਆਂ ਨੂੰ ਮਸਲਾ ਨਾ ਅਤੇ ਉਹ ਦਹੀਂ ਦੁੱਧ ਹਰ ਸ਼ੈ ਮਨਾ ਵਾ ਡਰੀ ਫਿਰ ਓਹਨੇ ਨਾ ਕੀ ਕੀਤਾ ਓਹਨੇ ਦਵਾਈ ਖਾਧੀ ਸੀ ਭੁੱਖੇ ਪੇਟ ਚਾਹ ਪੀ ਕੇ ਬਸ ਤੇ ਉਹ ਫਿਰ ਮੈਂ ਫਿਰ ਦਲੀ ਤੇਰੀ ਕੱਲੀ ਦੀ ਭੈਣ ਮੇਰੀ ਫੁੱਫੋ ਉਹਨੇ ਗਿਆ ਸਾਡੀ ਮੈਂ ਨਹੀਂ ਆ ਅੱਛਾ ਤੁਸੀਂ ਸੁਣਾਓ ਭਾਈ ਆਪਣਾ ਹੁਣ ਤੁਹਾਡੀ ਤਬੀਅਤ ਠੀਕ ਆ ਪਖੜਾ ਖਾਂਦੇ ਪਏ ਇਹ ਜਿਹੜਾ ਪਖੜਾ ਖਾਈਦਾ ਮਤਲਬ ਸਹੀ ਹੁੰਦਾ ਵਾ ਦੇਸੀ ਮਤਲਬ ਬਜ਼ੁਰਗਾਂ ਦੀ ਜਿਹੜੀ ਗੱਲ ਆ ਅਤੇ ਜਿੱਦਾਂ ਹੁਣ ਅੱਬੂ ਦੀ ਉਮਰ ਆ ਇਸ ਤਰ੍ਹਾਂ ਉਮਰ 'ਚ ਖਾਈਦਾ ਹੁੰਦਾ ਸੀ ਹੁਣ ਇਹ ਜਵਾਨ ਉਮਰ 'ਚ ਲੱਕ ਦੁੱਖਦੇ ਤਾਂ ਮੈਂ ਪਖੜੇ ਖਾਈਦੇ ਆ ਖੜੇ ਹੋ ਕੇ ਖਾ ਲਓ ਮੇਰੇ ਪੁੱਤ ਹੱਥ ਨਹੀਂ ਨਾ ਪਹੁੰਚਦਾ ਤਾਂ ਖੜੇ ਹੋ ਕੇ ਖਾ ਲਓ ਪਹਿਲੇ ਬੋਤਲ ਪੀ ਲਓ ਨਾ ਫਿਰ ਖਾ ਲਿਓ ਹਾਂਜੀ ਹਾਂਜੀ ਅਜੇ ਬੱਚੇ ਸਕੂਲ ਗਏ ਹੋਣੇ ਟਾਈਮ ਨਾਲ ਛੁੱਟੀ ਹੋ ਗਈ ਹੋਣੀ ਆ ਤੇ ਫਿਰ ਛੁੱਟੀ ਸੀ ਅੱਛਾ 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 ਮਿਲਾਦ ਪਾਕ ਦਾ ਮਹੀਨਾ ਨਾ ਕਿੰਨੀਆਂ ਰਾਤਾਂ ਰਹਿਣੀਆਂ ਮੇਰੇ ਕੋਲ ਧੀ ਨੇ ਹੁਣ ਅੱਛਾ ਤਾਂ ਪਹਿਲਾਂ ਬੋਤਲ ਤਾਂ ਫਿਨਿਸ਼ ਕਰ ਲਈਏ ਨਾ ਘੱਟੋ ਜੀ ਅੱਲਾ ਐਵੇਂ ਦੀ ਧੀ ਦੇਵੇ ਮੈਨੂੰ ਵੀ ਪਰ ਬਹੁਤ ਮੈਂ ਇੰਨੀਆਂ ਪੂਨੀਆਂ ਕਿੱਦਾਂ ਲੈ ਕੇ ਦਊਂ ਫਿਰ ਤੇਰੀ ਮੰਮਾ ਹੀ ਲੈ ਕੇ ਦਊਗੀ ਇੰਨੀਆਂ ਪੂਨੀਆਂ ਕੈਚ ਦੀਆਂ ਪੂਨੀਆਂ ਹਾਂ ਆਪੀ ਫਿਰ ਵੱਡੀ ਖਾ ਲਈ ਇੰਨੀਆਂ ਪੂਨੀਆਂ ਲੈ ਕੇ ਦਊਗੀ ਹਾਂ ਤਾਂ ਸਹੀ ਆ ਨਾ ਸੁੱਤੀ ਕੋਈ ਨੀ।